ਕਹਿੰਦਾ ਜੰਮਿਆ ਤਾਂ ਮੈਂ ਧਰਤੀ 'ਤੇ ਪਰ ਮਰੂ ਮਾਰਸ 'ਤੇ। ਹਾਂਜੀ ਦੋਸਤੋ, ਅੱਜ ਬਹੁਤ ਹੀ ਵਧੀਆ ਵੀਡੀਓ ਲੈ ਕੇ ਆਏ ਹਾਂ ਇਹੋ ਜਿਹੇ ਬੰਦੇ ਬਾਰੇ। ਇਹੋ ਜਿਹੇ ਬੰਦੇ ਸਦੀ 'ਚ ਦੋ ਚਾਰ ਪੈਦਾ ਹੁੰਦੇ ਨੇ ਅਤੇ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ। ਇਹ ਵੀਡੀਓ ਐਲਨ ਮਸਕ ਦੇ ਬਾਰੇ ਆ ਜਿਹੜਾ ਇਨਸਾਨੀਅਤ ਲਈ ਇੰਨੇ ਕੁ ਜ਼ਿਆਦਾ ਕੰਮ ਕਰ ਰਿਹਾ ਫਿਊਚਰ ਟੈਕਨੋਲੋਜੀ ਵਿੱਚ। ਤੁਸੀਂ ਸੁਣੋਗੇ ਤਾਂ ਹੈਰਾਨ ਰਹਿ ਜਾਓਗੇ। ਜਿਵੇਂ ਤੁਸੀਂ ਇੰਗਲਿਸ਼ ਫਿਲਮਾਂ ਵਿੱਚ ਦੇਖਿਆ ਹੋਣਾ ਆਇਰਨ ਮੈਨ, ਉਹ ਕਰੈਕਟਰ ਇਹ ਬੰਦੇ ਤੋਂ ਹੀ ਪ੍ਰਭਾਵਿਤ ਹੋ ਕੇ ਬਣਾਇਆ ਗਿਆ। ਜਦੋਂ ਮੈਂ ਇਸ ਬੰਦੇ ਬਾਰੇ ਪੜ੍ਹਿਆ ਅਤੇ ਦੇਖਿਆ ਮੈਂ ਹੈਰਾਨ ਰਹਿ ਗਿਆ। ਐਲਨ ਮਸਕ ਦਾ ਕਹਿਣਾ ਵੀ ਮੈਂ ਜੀਵਨ ਮਾਰਸ ਦੇ ਉੱਤੇ ਵਸਾਉਣਾ, ਕਹਿੰਦਾ ਜੰਮਿਆ ਤਾਂ ਮੈਂ ਧਰਤੀ 'ਤੇ ਪਰ ਮਰੂ ਮਾਰਸ 'ਤੇ, ਜਾਣੀ ਕਿ ਮੰਗਲ ਗ੍ਰਹਿ 'ਤੇ। ਅਤੇ ਇੱਥੇ ਆਪਣੇ ਲੋਕ ਮੰਦਰਾਂ ਪਿੱਛੇ ਲੜੀ ਜਾਂਦੇ ਨੇ। ਇੰਨੀ ਤਕੜੀਆਂ ਚੀਜ਼ਾਂ ਇਹਨੇ ਅੱਜ ਦੇ ਟਾਈਮ ਵਿੱਚ ਖੜੀਆਂ ਕੀਤੀਆਂ ਜਿਹੜੀਆਂ ਤੁਸੀਂ ਸੋਚ ਵੀ ਨਹੀਂ ਸਕਦੇ। ਤੁਹਾਨੂੰ ਲੈ ਚੱਲਦੇ ਫਿਰ ਹੁਣ ਪੂਰੀ ਸਟੋਰੀ ਵੱਲ। ਐਲਨ ਮਸਕ ਨੇ 10 ਸਾਲ ਦੀ ਉਮਰ ਦੇ ਵਿੱਚ ਇੰਨੀਆਂ ਕਿਤਾਬਾਂ ਪੜ੍ਹ ਲਈਆਂ ਜਿੰਨੀਆਂ ਕੋਈ ਅੱਜ ਕੱਲ੍ਹ ਗ੍ਰੈਜੂਏਟ ਬੰਦਾ ਵੀ ਨਹੀਂ ਪੜ੍ਹ ਸਕਦਾ। ਅਤੇ 12 ਸਾਲ ਦੀ ਉਮਰ 'ਚ ਤਾਂ ਘਰੇ ਕੰਪਿਊਟਰ 'ਤੇ ਇੱਕ ਗੇਮ ਬਣਾਤੀ ਅਤੇ $500 ਦੇ ਵਿੱਚ ਔਨਲਾਈਨ ਕਿਸੇ ਕੰਪਨੀ ਨੂੰ ਵੇਚਤੀ। ਇੱਥੇ ਅਸੀਂ ਪਬਜੀ ਕੁੱਟੀ ਜਾਂਦੇ ਹਾਂ ਸਾਰਾ ਦਿਨ। ਇਹ ਸਾਰਾ ਕੁਝ ਉਹਨੇ ਸਿਰਫ ਕਿਤਾਬਾਂ ਪੜ੍ਹ ਪੜ੍ਹ ਕੇ ਸਿੱਖਿਆ ਆਪਣੇ ਆਪ। ਫਿਰ ਐਲਨ ਨੇ ਜਿਪਟੂ ਨਾਮ ਦੀ ਕੰਪਨੀ ਖੋਲ੍ਹੀ, ਜਿਹੜੀ ਕੰਪਨੀ ਕੰਪੈਕ ਨੇ ਖਰੀਦ ਲਈ। ਫਿਰ ਬਾਅਦ 'ਚ ਕੰਪੈਕ ਪਹਿਲਾਂ ਬਹੁਤ ਹੀ ਵੱਡੀ ਕੰਪਨੀ ਸੀਗੀ, ਇਹਦੇ ਲੈਪਟਾਪ ਵੀ ਆਉਂਦੇ ਰਹੇ ਨੇ, ਕਾਫੀ ਟੈਕਨੋਲੋਜੀ ਵਾਲੀਆਂ ਚੀਜ਼ਾਂ ਬਣਾਉਂਦੀ ਸੀ ਕੰਪੈਕ। ਉਹ ਤੋਂ ਫਿਰ ਬਾਅਦ 'ਚ ਜਿਹੜਾ ਉਦੋਂ ਪੈਸਾ ਮਿਲਿਆ ਉਹ ਕੰਪਨੀ ਵੇਚਣ ਤੋਂ, ਫਿਰ ਐਲਨ ਮਸਕ ਨੇ X.com ਵੈਬਸਾਈਟ ਸਟਾਰਟ ਕੀਤੀ। ਉਹਦੇ 'ਚ ਜਿਵੇਂ ਕੋਈ ਇੰਟਰਨੈਟ ਰਾਹੀਂ ਆਪਾਂ ਪੈਸੇ ਭੇਜ ਸਕਦੇ ਸੀ, ਬੈਂਕਿੰਗ ਦਾ ਸਿਸਟਮ ਸੀਗਾ ਸਾਰਾ। ਅਤੇ ਬਾਅਦ 'ਚੋਂ ਫਿਰ ਉਹ ਕਿਸੇ ਕੰਪਨੀ ਨਾਲ ਮਰਜ ਹੋ ਗਈ, ਉਹ ਬਾਅਦ 'ਚੋਂ ਪੇਪਾਲ ਬਣ ਗਈ, ਜਿਹੜਾ ਅੱਜ ਕੱਲ੍ਹ ਬਹੁਤ ਯੂਜ਼ ਕਰਦੇ ਹਾਂ। ਪੇਪਾਲ ਲਗਭਗ ਹਰ ਕਿਤੇ ਪੇਪਾਲ ਇਹ ਚੱਲਦਾ। ਕੰਪਨੀ 'ਚ ਉਹਦੀ ਲੜਾਈ ਹੋ ਗਈ ਐਲਨ ਮਸਕ ਦੀ, ਉਹਨੂੰ ਪੇਪਾਲ ਦੇ CEO ਤੋਂ ਹਟਾਤਾ ਬਾਅਦ 'ਚੋਂ। ਫਿਰ ਇਹਨੇ ਖੋਲ੍ਹੀ ਕੰਪਨੀ SpaceX, ਉਹਦੋਂ ਜਿੰਨਾ ਵੀ ਪੈਸਾ ਮਿਲਿਆ ਸੀਗਾ ਜਾਣੀ ਕੱਢਣ ਲੱਗੇ, ਉਹਨੇ ਸਾਰੀ SpaceX ਨਾਮ ਦੀ ਕੰਪਨੀ 'ਚ ਲਾਤਾ। ਇਹਦਾ ਮਕਸਦ ਇਹ ਸੀ ਵੀ ਜਿਹੜੇ ਰੋਕਟ ਜਾਂਦੇ ਨੇ ਸਪੇਸ ਦੇ ਵਿੱਚ, ਉਹਨਾਂ ਨੂੰ ਐਲਨ ਸਸਤੇ ਤੋਂ ਸਸਤਾ ਬਣਾਉਣਾ ਚਾਹੁੰਦਾ ਸੀਗਾ। ਵੀ ਪਹਿਲਾਂ ਤਾਂ ਐਵੇਂ ਹੁੰਦਾ ਸੀ ਵੀ ਰੋਕਟ ਲਾਂਚ ਹੁੰਦਾ ਸੀਗਾ ਜਾਂ ਅਤੇ ਵਾਪਸ ਆਉਂਦਾ ਸੀ ਉਹ ਖਤਮ ਹੋ ਜਾਂਦਾ ਸੀਗਾ, ਪਰ ਇਹਨੇ ਇਹ ਚੀਜ਼ ਪੋਸੀਬਲ ਕੀਤੀ ਵੀ ਰੋਕਟ ਚੰਦ 'ਤੇ ਵੀ ਜਾ ਕੇ ਵਾਪਸ ਸਹੀ ਸਲਾਮਤ ਆ ਸਕਦਾ, ਲੈਂਡਿੰਗ ਕਰ ਸਕਦਾ ਪੂਰੀ ਵਧੀਆ ਤਰੀਕੇ ਨਾਲ, ਜਿਵੇਂ ਫਿਲਮਾਂ 'ਚ ਦੇਖਦੇ ਹਾਂ ਨਾ ਆਪਾਂ ਆਇਰਨ ਮੈਨ 'ਚ, ਹੋਰ 'ਚ। ਇਹ ਸਾਰੀ ਟੈਕਨੀਕ ਇਸ ਬੰਦੇ ਨੇ ਅਸਲ ਦੇ ਵਿੱਚ ਬਣਾ ਦਿੱਤੀ। ਐਲਨ ਮਸਕ ਨੇ ਸੋਚਿਆ ਵੀ ਮਾਰਸ 'ਤੇ ਦਰਖਤ ਲਾਊਂਗਾ ਅਤੇ ਫਿਰ ਲੋਕਾਂ ਨੂੰ ਲੈ ਕੇ ਜਾਊਂਗਾ। ਇਹ ਪ੍ਰੋਜੈਕਟ ਵੀ ਇਹਦਾ ਚੱਲ ਰਿਹਾ ਹੈ। 2024 ਦਾ ਟਾਈਮ ਇਹਨਾਂ ਨੇ ਦੱਸਿਆ ਵੀ ਇਹ ਚੀਜ਼ ਵੀ ਅਸੀਂ ਕਰਾਂਗੇ। ਅਤੇ ਆਪਣੇ ਪੰਜਾਬੀ ਸਿੰਗਰ ਐਲਚਾਪੋ ਐਸਕੋਬਾਰਾਂ ਦੇ ਪਿੱਛੇ ਪਏ ਨੇ, ਕਰਦੇ ਕੀ ਸੀ ਉਹ ਨਸ਼ੇ ਵੇਚਦੇ ਸੀਗੇ। ਜਦ ਇਹੋ ਜਿਹੇ ਬੰਦਿਆਂ ਦੇ ਨਾਮ ਗਾਣਿਆਂ ਦੇ ਵਿੱਚ ਪਾਉਣੇ ਚਾਹੀਦੇ ਨੇ। ਬੱਬੂ ਮਾਨ ਜ਼ਰੂਰ ਵਧੀਆ ਤੋਂ ਵਧੀਆ ਕ੍ਰਾਂਤੀਕਾਰੀ ਬੰਦਿਆਂ ਦੇ ਨਾਮ ਗਾਣਿਆਂ ਦੇ ਵਿੱਚ ਲੈਂਦਾ ਰਹਿੰਦਾ। ਆਪਾਂ ਆਪਣੀ ਕਹਾਣੀ ਜਾਰੀ ਰੱਖਦੇ ਹਾਂ। ਅਤੇ ਫਿਰ ਟੈਸਲਾ ਕੰਪਨੀ ਦੇ ਵਿੱਚ ਇਸ ਬੰਦੇ ਨੇ ਪੈਸੇ ਇਨਵੈਸਟ ਕਰ ਦਿੱਤੇ। ਟੈਸਲਾ ਕੰਪਨੀ ਜਿਹਨੇ ਨਵੀਆਂ ਤੋਂ ਨਵੀਆਂ ਗੱਡੀਆਂ ਬਣਾਈਆਂ, ਜਿਹੜੀਆਂ ਗੱਡੀਆਂ ਤੇਜ਼ ਵੀ ਅਤੇ ਚੱਲਦੀਆਂ ਵੀ ਇਲੈਕਟ੍ਰਿਸਿਟੀ 'ਤੇ ਸੀਗੀਆਂ। ਟੈਸਲਾ ਗੱਡੀ ਦੇ ਵਿੱਚ ਇੱਕ ਆਟੋ ਪਾਇਲਟ ਮੋਡ ਹੁੰਦਾ ਜੀ, ਅਤੇ ਗੱਡੀ ਆਪ ਹੀ ਚੱਲੀ ਜਾਂਦੀ ਹੈ, ਬਸ ਤੁਸੀਂ ਨਜ਼ਾਰੇ ਨਾਲ ਬਹਿ ਜਾਓ, ਗੱਡੀ ਆਪ ਹੀ ਚੱਲੀ ਜਾਣੀ ਹੈ। ਇਹ ਤੁਸੀਂ ਟੈਸਲਾ ਗੱਡੀ ਖਰੀਦੋਗੇ ਕਿਤੇ ਵੀ ਬਾਹਰਲੇ ਦੇਸ਼ 'ਚ, ਉੱਥੇ ਜਿੱਥੇ ਵੀ ਚਾਰਜਿੰਗ ਸਟੇਸ਼ਨ ਹੋਣਗੇ ਇਹਨਾਂ ਦੇ ਟੈਸਲਾ ਵਾਲਿਆਂ ਦੇ, ਉੱਥੇ ਤੁਸੀਂ ਫ੍ਰੀ ਚਾਰਜ ਕਰ ਸਕਦੇ ਹੋ ਜ਼ਿੰਦਗੀ ਭਰ ਲਈ। ਤੁਹਾਨੂੰ ਕੋਈ ਪੈਟਰੋਲ ਦਾ ਖਰਚਾ ਨਹੀਂ, ਨਾ ਕੋਈ ਬਿਜਲੀ ਦਾ ਖਰਚਾ, ਜ਼ਿੰਦਗੀ ਭਰ ਲਈ ਫ੍ਰੀ ਚਾਰਜ ਕਰ ਸਕਦੇ ਹੋ ਤੁਸੀਂ। ਇੱਕ ਹੋਰ ਵੀ ਪ੍ਰੋਜੈਕਟ ਚੱਲ ਰਿਹਾ ਇਹਨਾਂ ਦਾ, ਇਹੀ ਰੋਕਟਾਂ ਨਾਲ ਵੀ ਆਪਾਂ ਧਰਤੀ 'ਤੇ ਕਿਤੇ ਵੀ ਜਾ ਸਕਦੇ ਹਾਂ ਅੱਧੇ ਘੰਟੇ ਦੇ ਵਿੱਚ, ਜਿਵੇਂ ਇੰਡੀਆ ਤੋਂ ਅਮਰੀਕਾ ਅੱਧੇ ਘੰਟੇ ਦੇ ਵਿੱਚ ਸਿਰਫ। ਰੋਕਟ ਦੀ ਸਪੀਡ ਆ ਜਿਹੜੀ ਉਹ 27,000 ਕਿਲੋਮੀਟਰ ਦੀ ਹੋਊਗੀ। ਇਹਨਾਂ ਨੇ ਇਹ ਕੰਸੈਪਟ ਤਿਆਰ ਕੀਤਾ ਸੀਗਾ, ਇਹ ਵੀ ਛੇਤੀ ਹੀ ਚੱਲ ਰਿਹਾ। ਆਮ ਜਹਾਜ਼ ਦੀ ਹੁੰਦੀ ਹੈ ਜਿਵੇਂ 800-1,000 ਦੇ ਵਿੱਚ ਹੁੰਦੀ ਹੈ। ਟੈਸਲਾ ਕਾਰ ਦੀ ਪ੍ਰਮੋਸ਼ਨ ਲਈ ਟੈਸਲਾ ਕਾਰ ਸਪੇਸ ਦੇ ਵਿੱਚ ਲਾਂਚ ਕਰ ਦਿੱਤੀ ਸੀ। ਪਹਿਲੀ ਵਾਰ ਹੋਇਆ ਸੀ ਵੀ ਕੋਈ ਕਾਰ ਸਪੇਸ ਦੇ ਵਿੱਚ ਗਈ ਸੀ। ਇਹ ਬੰਦੇ ਦੀ ਇਹ ਕੋਸ਼ਿਸ਼ ਆ ਵੀ ਪੈਟਰੋਲ ਡੀਜ਼ਲ ਤੋਂ ਬਿਨਾਂ ਗੱਡੀਆਂ ਚੱਲਣ ਅਤੇ ਪੋਲਿਊਸ਼ਨ ਤੋਂ ਬਚੇ ਧਰਤੀ। ਬਹੁਤ ਹੀ ਤਕੜੇ ਪ੍ਰੋਜੈਕਟ ਚੱਲ ਰਹੇ ਨੇ ਇਹਦੇ। ਆਇਰਨ ਮੈਨ ਫਿਲਮ ਦੇ ਵਿੱਚ ਇੱਕ ਤਰ੍ਹਾਂ ਨਾਲ ਰਿਸਪੈਕਟ ਦੇਣ ਲਈ ਐਲਨ ਮਸਕ ਨੂੰ ਗੈਸਟ ਅਪੀਅਰੈਂਸ ਵੀ ਕਰਾਈ ਗਈ ਸੀ ਫਿਲਮ ਦੇ ਵਿੱਚ। ਬਾਕੀ ਵੀਡੀਓ ਤੁਸੀਂ ਸ਼ੇਅਰ ਜ਼ਰੂਰ ਕਰ ਦਿਓ, ਬਹੁਤ ਟਾਈਮ ਲੱਗਿਆ ਇਸ ਵੀਡੀਓ ਨੂੰ ਬਣਾਉਣ 'ਚ ਯਾਰ। ਆਪਣੇ ਦੋਸਤੋਂ ਮਿੱਤਰਾਂ ਨੂੰ ਜ਼ਰੂਰ ਸੈਂਡ ਕਰਿਓ ਯਾਰ, ਕਿ ਐਡਵਾਂਸ ਟੈਕਨੀਕ ਇਹ ਲੋਕ ਬਣੀ ਜਾਂਦੀ ਹੈ ਬਾਹਰ ਦੇਸ਼ਾਂ 'ਚ, ਆਪਾਂ ਉੱਥੇ ਲੜੀ ਹੋ ਜਾਂਦੇ ਹਾਂ, ਆਪਸ 'ਚ ਲੜੀ ਜਾਂਦੇ ਹਾਂ। ਅਤੇ ਹੋਰ ਪੰਜਾਬੀ ਇੰਡਸਟਰੀ ਦੀਆਂ ਅਪਡੇਟਸ ਲਈ ਚੈਨਲ ਸਬਸਕ੍ਰਾਈਬ ਬਟਨ ਦੱਬ ਕੇ ਨਾਲ ਬੈੱਲ ਆਈਕਾਨ 'ਤੇ ਕਲਿੱਕ ਕਰ ਦਿਓ, ਤੁਹਾਨੂੰ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੂਗਾ।